ਤਕਬਾਨ ਤਮਾਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਜਥੇਦਾਰ ਨੂੰ ਇਹ ਬੇਨਤੀ ਕੀਤੀ ਵੀ ਜਿਹੜਾ ਬਾਦਲਾਂ ਦਾ ਚੈਨਲ ਆ ਪੀਟੀਸੀ ਜਿਹਨੇ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕੀਤਾ ਹੈ ਜਿਹੜਾ ਤੁਸੀਂ ਪ੍ਰਸਾਰਣ ਚਲਾਉਨੇ ਆ ਦੁਨੀਆਂ ਨੂੰ ਟੀਵੀ ਦੇ ਉੱਤੇ ਦਿਖਾਉਨੇ ਆ ਵੀ ਇਸ ਚੈਨਲ ਨੂੰ ਬੰਦ ਕੀਤਾ ਜਾਵੇ ਤੁਸੀਂ ਆਪਣਾ ਚੈਨਲ ਚਲਾਓ ਐਸਜੀਪੀਸੀ ਜਿਹੜੀ ਵੀ ਸੇਵਾ ਮੰਗੇ ਜਿੰਨਾ ਖਰਚਾ ਆਊਗਾ ਉਹ ਪੰਜਾਬ ਸਰਕਾਰ ਕਰੂਗੀ ਹੁਣ ਪਹਿਲਾਂ ਤਾਂ ਤੁਸੀਂ ਆਪ ਦੱਸੋ ਇਹਦੇ ਵਿੱਚ ਕੀ ਮਾੜਾ ਹੈ ਜੇ ਸਰਕਾਰ ਨੇ ਇਹ ਜ਼ਿੰਮੇਵਾਰੀ ਲੈ ਲਈ ਵੀ ਹਾਂ ਦਰਬਾਰ ਸਾਹਿਬ ਦੇ ਉੱਤੇ ਜਿੰਨਾ ਖਰਚਾ ਆਊਗਾ ਚੈਨਲ ਦਾ ਉਹ ਅਸੀਂ ਕਰਾਂਗੇ ਇੱਕ ਗੱਲ ਹੋਰ ਜੇ ਇਸੇ ਜਗ੍ਹਾ ਭਗਵਾਨ ਤਮਨ ਨੇ ਕਿਸੇ ਹੋਰ ਧਾਰਮਿਕ ਮੰਦਿਰ ਦੀ ਜਾਂ ਕਿਸੇ ਹੋਰ ਧਾਰਮਿਕ ਸਥਾਨ ਦੀ ਕਿਸੇ ਦੂਜੇ ਧਰਮ ਦੀ ਜ਼ਿੰਮੇਵਾਰੀ ਲਈ ਹੁੰਦੀ ਤਾਂ ਵੀ ਸਾਡੇ ਵਾਲਿਆਂ ਨੇ ਰੋਲਾ ਪਾਉਣਾ ਸੀ ਲੈ ਜੀ ਇਹਨੂੰ ਸਿੱਖ ਧਰਮ ਨਹੀਂ ਦਿਸਿਆ ਇਹਨੂੰ ਦਰਬਾਰ ਸਾਹਿਬ ਨਹੀਂ ਦਿਸਿਆ ਚਾਕੇ ਦੂਜੇ ਧਰਮਾਂ ਦੇ ਉੱਤੇ ਪੈਸਾ ਖਰਚਣ ਲੱਪਿਆ ਤਾਂ ਜੇ ਹੁਣ ਉਹਨੇ ਆਪਣੇ ਧਰਮ ਦੀ ਗੱਲ ਕੀਤੀ ਆ ਦਰਬਾਰ ਸਾਹਿਬ ਦੀ ਤਾਂ ਇਹ ਉਹ ਵੀ ਉਸੇ ਪਾਸੇ ਵੀ ਨਹੀਂ ਲੱਗਦੇ ਯਾਰ ਜਥੇਦਾਰ ਦਾ ਕੀ ਬਿਆਨ ਆਇਆ ਆਖੇ ਨਹੀਂ ਜੀ ਜਿਹੜੀ ਭਗਵਾਨਤ ਮਾਨ ਸਰਕਾਰ ਇਹ ਪੰਜਾਬ ਦੇ ਕੰਮ ਦੇਖੇ ਦਰਬਾਰ ਸਾਹਿਬ ਦਾ ਵਿੱਚ ਦਖਲ ਅੰਦਾਜ਼ੀ ਨਾ ਕਰੇ ਦਖਲ ਅੰਦਾਜ਼ੀ ਉਹਨੇ ਕਿਹੜਾ ਹਿੱਸਾ ਮੰਗ ਲਿਆ ਯਾਰ ਉਹਨੇ ਸਿਰਫ ਇੰਨਾ ਹੀ ਕਿਹਾ ਵੀ ਜਿੰਨਾ ਖਰਚ ਆਊਗਾ ਅਸੀਂ ਕਰਾਂਗੇ ਪਰ ਨਹੀਂ ਜਥੇਦਾਰ ਇਹ ਗੱਲ ਨੂੰ ਕਿੱਦਾਂ ਕਿ ਐਕਸੈਪਟ ਕਰ ਜੋ ਬਈ ਉਹਨੂੰ ਨਹੀਂ ਪਤਾ ਵੀ ਹਾਂ ਬਾਦਲਾਂ ਦਾ ਕਰੋੜਾ ਰੁਪਈਆ ਮਰ ਜਾਣਾ ਯਾਰ ਜੇ ਬਾਦਲਾਂ ਦਾ ਚੈਨਲ ਕਰ ਦਿੱਤਾ ਤਾਂ ਹੁਣ ਇੱਕ ਗੱਲ ਏਹ ਧਾਰਨ ਹੋਰ ਮੰਨ ਲਓ ਜੇ ਤੁਹਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਉਹਦੀ ਜ਼ਿੰਮੇਵਾਰੀ ਜੀ ਭਗਵੰਤ ਮਾਨ ਲੈ ਲਵੇ ਜਿੰਨਾ ਬਿਜਲੀ ਦਾ ਬਿੱਲ ਆ ਜੋ ਵੀ ਖਰਚਾ ਪਾਣੀ ਉਹ ਪੰਜਾਬ ਸਰਕਾਰ ਕਰੂਗੀ ਇਹਦੇ ਵਿੱਚ ਵਿਰੋਧ ਕਰਨ ਵਾਲੀ ਕਿਹੜੀ ਗੱਲ ਆ ਅਸੀਂ ਤਾਂ ਕਹਿੰਦੇ ਵੀ ਸਾਡੇ ਗੁਰਦੁਆਰਿਆਂ ਦੇ ਆ ਕੇ ਕੋਈ ਹੱਥ ਫੜੀ ਜਿਹੜਾ ਹੁਣ ਜ਼ਥੇਦਾਰ ਦੀ ਗੱਲ ਆਉਂਦੀ ਆ ਆ ਕੇ ਕਹਿੰਦਾ ਨਹੀਂ ਜੀ ਅਸੀਂ ਆਪਣਾ ਚੈਨਲ ਚਲਾਵਾਂਗੇ ਨਾ ਤੁਸੀਂ ਆਪਣਾ ਚਲਾਓ ਤੇ ਨਾ ਪੰਜਾਬ ਸਰਕਾਰ ਮਦਦ ਕਰੇ ਚਾਕੇ ਉਹਨੂੰ ਕਹਿ ਤਾ ਪਾ ਆ ਕੇ ਦਖਲ ਅੰਦਾਜ਼ੀ ਨਾ ਕਰ ਤੇ ਜਿਹੜਾ ਬਾਦਲਾ ਨੇ ਦਖਲ ਅੰਦਾਜ਼ੀ ਕਰਕੇ ਸਾਰਾ ਕਬਜ਼ਾ ਕੀਤਾ ਆ ਜਥੇਦਾਰ ਜੀ ਕਦੇ ਉਹਦੇ ਬਰ ਖਲਾਫ ਵੀ ਬੋਲੂ ਨਾ ਪਰ ਨਹੀਂ ਤਲੇ ਚੱਟਣ ਤੋਂ ਟਾਈਮ ਲੱਗੇ ਜਥੇਦਾਰਾ ਤੇਰਾ ਤਾਂ ਹੀ ਆ ਬਸ ਅਕਾਤਰ ਸਾਹਿਬ ਦੇ ਉੱਤੇ ਇਹਨੂੰ ਸੱਦ ਕੇ ਤਾਂ ਇਹਨੂੰ ਸਜ਼ਾ ਦੇ ਦੋ ਸਿਰਫ ਇੰਨੇ ਜੋਗਾਈਆਂ ਤੂੰ ਉਦਾਂ ਕਹਿਣਾ ਬੜੀ ਪੀ ਐਚ ਡੀ ਕੀਤੀ ਆ ਤੇ ਪੀ ਐਚ ਡੀ ਤਾਂ ਤੂੰ ਫਿਰ ਉਹੀ ਤਲੇ ਚੱਟਣ ਵਾਲੀ ਕੀਤੀ ਹੋਈ ਨਾ ਗੱਲ ਹੋਰ ਕੁਝ ਨਹੀਂ ਸਰ ਵੇਹੀ ਕਹਿਣਾ ਚਾਹੁੰਨਾ ਯਾਰ ਵੀ ਸਰ ਧਿਆਨ ਦਿਵੋ ਆਪਣਾ ਵੀ ਧਿਆਨ ਕਿੱਦਾ ਜਾਊਗਾ ਸਿੰਗਰਾਂ ਪਿੱਛੇ ਲੜਨ ਤੋਂ ਬੇਲ ਮੇਲੇ ਤਾਂ ਤਾਂ ਹੀ ਇੱਧਰ ਦੀਆਂ ਗੱਲਾਂ ਕਰੀਏ ਨਾ ਤੇ ਜਾਂ ਫਿਰ ਹੋਰ ਕੰਜਰਖਾਨੇ ਜਿਹੜੇ ਬਲੌਗਰ ਚੱਲਦੇ ਆ ਉਹਨਾਂ ਪਿੱਛੇ ਲੱਗੇ ਹੋ ਆ ਦਰਬਾਰ ਸਾਹਿਬ ਦਾ ਕੀ ਆ ਉਹ ਤਾਂ ਬਾਦਲ ਹੁਣੀ ਖਾਈ ਜਾਂਦੇ ਆ ਨਾਲੇ ਹਮਲਾ ਹਮਲਾ ਕਰਾ ਗਏ 84 ਤੋਂ ਬਾਅਦ ਤੇ ਨਾਲੇ ਕਬਜ਼ਾ ਕਰੀ ਬੈਠੇ ਆ ਕੀ ਫਿਕਰ ਚਲ ਸਾਨੂੰ ਕੀ ਸਿੰਗਰਾਂ ਪਿੱਛੇ ਲੜਦੇ ਆ ਯਾਰ ਇਹਨਾਂ ਦਾ ਕੀ ਆ